वेलकम बैक टू चैनल गाइस, आई होप तुसी सारे घैंट हो। दसो मुंडियो घैंट हो, ठीक है। ते हुण असीं तुहानू दिखाउण जा रहे हां बरनाले सिटी घैंट लोकेशन, जिथे तुसी घूम भी सकदे हो ते नाल नाल फोटो शूट भी कर सकदे हो। ते अज दा असीं कर रहे हां ब्लॉग स्टार्ट, ते जुड़े रहो साडे नाल। पहली लोकेशन ते जो कि मेरे सामने है, जमा दिखा दूजी एक बार। ते इत्थे इन्ना सोहना माहौल है, पार्क की तरह बनया हुआ है। तो पिछे सारिया सीनरी वगैरह आउंदियां ने, व्यू बहुत सोहना गा। तो कुछ अज मीह का माहौल होया पाया, बदल बहुत सोहने ने गे। तो तुम दिखाने रैली बहुत सोहनी लग रही है। एनवायरमेंट पूरा गुड्डा गा, तो आ हट टाइप बनया हुआ है, झोंपड़ी टाइप। इतों का सारा व्यू तुम एक बार चेक कर लो। फोटो खिंच के बिच लावांगे वीडियो दे भी, किस तरह दी इत्थे फोटो आउंदियां ने। एक बहुत ही घैंट लोकेशन है बरनाले जिले की। तो ये जो आप आई टी चौंक के बिच दी लंघदे, इत्थे ना एक गरेवाल पैलेस आउंदा गा रिजॉर्ट, उहदे कोल दी कलोनी बनी हुई हैगी। तो उत्थों राह दे विच आप आ सकदे हैंगे। तो आ पहली लोकेशन, इस तों बाद तुहानूं दूजी दिखावांगे। ਅਸੀਂ ਪਹੁੰਚਿਆ ਬਰਨਾਲੇ ਦੀ ਦੂਜੀ ਲੋਕੇਸ਼ਨ 'ਤੇ, ਜੋ ਕਿ ਮੇਰੇ ਸਾਹਮਣੇ ਪਿੱਛੇ ਬਣਿਆ ਹੋਇਆ ਹੈਗਾ ਸਟੈਚੂ। ਇਹ ਇੱਕ ਸਟੈਚੂ ਹੈਗਾ ਜਿਹੜਾ ਸਟੈਚੂ ਆਫ ਲਿਬਰਟੀ ਆ, ਇਹ ਅਮਰੀਕਾ ਦੇ ਵਿੱਚ ਆ। ਅਤੇ ਇੱਥੇ ਆਪਣੇ ਇੱਕ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ, ਤੁਹਾਨੂੰ ਦਿਖਾਉਂਦੇ ਇਹਦੇ ਬਾਰੇ ਅਸੀਂ ਕੋਲ ਜਾ ਕੇ। ਅਤੇ ਆਹ ਹੈਗਾ ਜੀ ਸਟੈਚੂ ਆਫ ਲਿਬਰਟੀ। ਅਤੇ ਇੱਧਰ ਹੁੰਦੀ ਹੈਗੀ ਆਈਲੈਟਸ ਵਾਲੇ ਸਟੂਡੈਂਟਸ ਦੀ ਸਪੀਕਿੰਗ, ਅਤੇ ਇੱਧਰ ਸਾਰੇ ਮੇਰੇ ਯਾਰ ਬਿੱਲੀ ਖੜ੍ਹੇ ਨੇਗੇ। मदर टीचर वाली कलोनी दे विच, इत्थे भी लोकेशन बाली घैंट बनी हुई है, तुसीं देख सकदे हो। इधर आ मेरे यार बिल्ली खड़े ने, इन्हां दीआं फोटोआं करनीआं ने आपां। ते आह स्टैचू बने हुए ने गे, इह ऐ लगदा जिवें जमा असली हुंदे ने गे। उधर बनया हुआ एक, एंड है ना इसकी लोकेशन दी पूरी। हुण पहुंचे सी बरनाले की चौथी लोकेशन ते डोमिनोज का काम तो कंप्लीट हो गया। तो इधर जी अद्धी लोकेशन है, यदा काम चल रहा कंस्ट्रक्शन का। तो तुहानू दिखाने डोमिनोज का माहौल। तो हुण पहुंचे सी अगली लोकेशन दे बरनाला दे भगत सिंह पार्क। इत्थे भी बहुत सोहनी फोटोग्राफी ते वीडियोग्राफी तुसी कर सकदे। ਇਹ ਬਹੁਤ ਵੱਡਾ ਪਾਰਕ ਹੈਗਾ, ਤੇ ਇੱਥੇ ਸਫਾਈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਹੈ। ਉਹ ਗਾਂ ਤੱਕ ਫੈਲਿਆ ਹੋਇਆ ਹੈਗਾ, ਝੂਲੇ ਲੱਗੇ ਹੋਏ ਨੇਗੇ, ਵਧੀਆ ਬੈਠਣ ਦਾ ਅਰੇਂਜਮੈਂਟ ਆ। ਇੱਧਰ ਆ ਝੂਲੇ ਲੱਗੇ ਹੋਏ ਨੇਗੇ, ਤੇ ਇੱਥੇ ਆ ਬਾਈ ਨਾਲ ਲੈ ਕੇ ਆ ਖਾਣ ਨੂੰ ਸਮਾਨ, ਇੱਥੇ ਬਹਿ ਕੇ ਖਾਵਾਂ ਪੀਵਾਂਗੇ। ਨੇੜੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਵਿੱਚ। ਆਹ ਦੇਖੋ ਕਿੰਨੇ ਸੋਹਣੇ ਝੂਲੇ ਲੱਗੇ ਹੋਏ ਨੇ। ਇੱਥੇ ਜਿਹੜੀ ਅਸੀਂ ਫੋਟੋ ਖਿੱਚਾਂਗੇ ਵਿੱਚ, ਤੁਹਾਨੂੰ ਉਹ ਵੀ ਦਿਖਾਵਾਂਗੇ ਨਾਲ ਨਾਲ।
सोहने सोहने झूले ने गे, व्यू बहुत शानदार है, बहुत बड़ा पार्क आ गया इतों का। वो इतने भी ले लो एक झूठा। ਇੱਥੇ ਬਹੁਤ ਵਧੀਆ ਮਾਹੌਲ ਆ, ਸਾਰਾ ਕੁਛ ਵਾਤਾਵਰਨ ਸ਼ਾਂਤ ਆ, ਸਫਾਈ ਚੱਲ ਰਹੀ ਹੈ, ਜਵਾਕ ਝੂਲੇ ਝੂਲ ਰਹੇ ਨੇ, ਤੁਹਾਨੂੰ ਦਿਖਾਇਆ ਵੀਡੀਓ 'ਚ ਜਿਵੇਂ, ਅਤੇ ਨਾਲ ਖਾਣ ਪੀਣ ਦਾ ਸਮਾਨ ਲਿਆ ਬੈਠੇ ਹੈਗੇ ਅਸੀਂ, ਇੱਥੇ ਗੱਲਾਂ ਬਾਤਾਂ ਕਰਾਂਗੇ, ਨਾਲੇ ਨਾਲੇ ਖਾਵਾਂ ਪੀਵਾਂਗੇ ਕੁਛ, ਅਤੇ ਜਾ ਕੇ ਮਨ ਨੂੰ ਸਕੂਨ ਮਿਲਦਾ ਗਾ, ਬਹੁਤ ਸ਼ਾਂਤ ਮਾਹੌਲ ਹੈਗਾ, ਤਾਂ ਕਰਕੇ ਲਾਇਕ ਕਰਦੇ ਵੀਡੀਓ ਜੇ ਵਧੀਆ ਲੱਗੀ ਤੁਹਾਨੂੰ, ਫਾਇਦਾ ਬਦਲੂਗਾ, ਸਬਸਕ੍ਰਾਈਬ ਵੀ ਕਰ ਦਿਓ, ਹਾਂ ਕਮੈਂਟ ਤਾਂ ਜਮੀ ਨਾ ਭੁੱਲਿਓ, ਕਰਨਾ ਬਣਦਾ, ਹਾਂ ਬਣਦਾ, ਅਸੀਂ ਤੜਕੇ ਦੇ ਫਿਰਦੇ ਫਿਰ ਵੀ ਸੁਣੋ ਲੋਕੇਸ਼ਨਾਂ ਦਿਖਾਉਂਦੇ, ਤਾਂ ਕਰਕੇ ਆਪਣੀ ਹੁਣ ਇੱਕ ਲੋਕੇਸ਼ਨ ਹੈਗੀ, ਇੱਕ ਰਹਿਗੀ ਸੁਣੋ, ਉਹ ਗਾਹਾਂ ਦਿਖਾਉਣੇ ਜਾ ਕੇ ਜਿਹੜੇ ਨਾਲ ਦੀ ਯਾਰ ਬਿੱਲੀ ਉਹ ਬਾਗੇ, ਫਿਰ ਉਹਨਾਂ ਨੂੰ ਉੱਥੋਂ ਕਰਤਾ ਸੀਗਾ ਡਰੋਪ, ਗਾਹ ਹੋ ਗਏ, ਚੰਗਾ ਫਿਰ ਅਸੀਂ ਜਾਂਦੇ ਹਾਂ ਮਿਲ ਲਈ ਦੀ ਪਹਿਲਾਂ ਉਹਨਾਂ ਨੂੰ ਅਸੀਂ। ਹੁਣ ਪਹੁੰਚ ਗਏ ਸਿੱਧਾ ਵਿੰਟੇਜ ਲੋਕੇਸ਼ਨ ਤੇ, ਤੁਸੀਂ ਦੇਖ ਸਕਦੇ ਹੋਗੇ ਮੀਂਹ ਦਾ ਮੌਸਮ ਹੈ, ਇਹ ਬਹੁਤ ਤਕੜੀ ਲੋਕੇਸ਼ਨ ਹੈਗੀ ਬਰਨਾਲਾ ਸਿਟੀ ਦੀ, ਸਵੀਮਿੰਗ ਪੂਲ ਦੇ ਵਿੱਚ ਅਸੀਂ ਇੱਥੇ ਨਹਾਉਂਦੇ ਵੀ ਰਹੇ, ਤੁਹਾਨੂੰ ਦਿਖਾਵਾਂਗੇ ਵੀਡੀਓ, ਵੀਡੀਓ ਦੇ ਵਿੱਚ ਨਾ ਅਸੀਂ ਤੁਹਾਨੂੰ ਫੋਟੋ ਦਿਖਾਵਾਂਗੇ, ਅਸੀਂ ਲਾ ਦਾਂਗੇ ਨਾਲ, ਇੱਥੇ ਅਸੀਂ ਨਹਾਉਂਦੇ ਰਹੇ ਸਵੀਮਿੰਗ ਪੂਲ 'ਚ, ਅਤੇ ਆਹ ਪਾਰਕ ਆ ਬਾਹਲਾ ਸੋਹਣਾ, ਇੱਥੇ ਨਹਾ ਕੇ ਗਏ ਸੀ ਅਸੀਂ, ਹੈ ਡਾਕਟਰ ਇੱਥੇ ਆਪਾਂ ਨਹਾ ਕੇ ਵੀ ਗਏ ਨਾ, ਮੈਂ ਐਂ ਦੱਸਿਆ ਇਹਨੂੰ, ਮੈਂ ਕਿਹਾ ਵੀ ਤੁਹਾਨੂੰ ਫੋਟੋ ਕਰਾਂਗੇ ਸ਼ੇਅਰ, ਆਹ ਛੋਟੇ ਵਾਸਤੇ ਆ, ਉਹ ਵੱਧ ਡੂੰਘਾ ਥੋੜ੍ਹਾ ਜਿਹਾ, ਅਤੇ ਬਾਕੀ ਆਹ ਦੇਖ ਲਓ ਤੁਸੀਂ ਮਾਹੌਲ, ਗਾਹਾਂ ਦਿਖਾਉਂਦੇ ਹਾਂ, ਅਤੇ ਇੱਧਰ ਸਾਰੀ ਲੋਕੇਸ਼ਨ ਹੈਗੀ ਬੈਸਟ, ਅਤੇ ਉੱਧਰ ਤੁਸੀਂ ਦੇਖ ਸਕਦੇ ਜਮ੍ਹਾਂ ਸਾਹਮਣੇ ਖਾਣ ਪੀਣ ਦਾ ਬਣਿਆ ਹੋਇਆ ਹੈਗਾ ਰੈਸਟੋਰੈਂਟ ਟਾਈਪ ਜਿਹਾ, ਅਤੇ ਇੱਥੇ ਬਹਿ ਕੇ ਕਰਦੇ ਹਾਂ ਕੁਛ ਖਾਣ ਪੀਣ ਵਾਸਤੇ ਔਡਰ, ਤੁਹਾਨੂੰ ਨਾ ਇੱਥੇ ਫੋਟੋਆਂ ਦਿਖਾਵਾਂਗੇ ਜਿਹੜੀਆਂ ਅਸੀਂ ਖਿੱਚ ਕੇ ਲਾਵਾਂਗੇ ਨਾਲ ਨਾਲ ਵੀਡੀਓ ਦੇ, ਉਹ ਇੱਥੇ ਕਲਿੱਕ ਕਰਦੇ ਹਾਂ, ਅਤੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਵਾਰ, ਅਤੇ ਇਹ ਬੰਦੇ ਜਿਹੜੇ ਮੇਰੇ ਨਾਲ ਨੇ ਇਹ ਥੋੜ੍ਹਾ ਜਿਹਾ ਵੱਧ ਚੀਜ਼ ਨੂੰ ਐਕਸਪਲੋਰ ਕਰਦੇ ਨੇਗੇ, ਕੋਈ ਚੀਜ਼ ਨੂੰ ਛੇੜਤਾ, ਕੋਈ ਚੀਜ਼ ਨਾਲ ਪੰਗਾ ਲੈ ਲਿਆ, ਇਹ ਤੇਰੇ ਯਾਰ ਆਈ ਨੇਗੇ ਨਾਲ ਮੇਰੇ, ਪੂਰੀ ਘੈਂਟ ਲੋਕੇਸ਼ਨ ਆ ਤਾਂ, ਉਹ ਇਹ ਤੇ ਚੜ ਜਾਓ ਗੱਦੇ ਜੇ ਤੇ, ਕਿਉਂ ਜਵਾਕਾਂ ਵਾਲਾ ਤਾਂ ਕਿਉਂ ਆ, ਸਾਰੇ ਕਰਦੇ ਨੇ ਇੱਥੇ ਤਾਂ ਸੇਠ ਖਾਨੀ, ਆਓ ਖੜਾ ਇੱਕ ਬਾਈ, ਕੀ ਹਾਲ ਨੇ ਬਾਈ, ਮੀਂਹ ਤੁਹਾਨੂੰ ਦਿਖਾ ਦਿੰਦੇ ਪਈ ਜਾਂਦਾ ਇੱਥੇ, ਕਿਣਮਿਣ ਜੀ ਹੋਈ ਜਾਂਦੀ ਆ,
ਜਿਹੜਾ ਮਾਹੌਲ ਜੇ ਸੀ ਉਹਦੇ ਉੱਥੇ ਦੇਖਿਆ ਸੀ ਜਦੋਂ ਸਾਡਾ ਯਾਰ ਨਿਰਮਲ ਨੂੰ ਚੜਾ ਕੇ ਇਧਰ ਆਸਟ੍ਰੇਲੀਆ ਉਹਨੂੰ ਦੇਖਿਆ ਸੀ ਇਹ ਮਾਹੌਲ ਸਾਰਾ ਕੁਝ ਫਾਈਨਲ ਕਰਨ ਤੋਂ ਬਾਅਦ ਹੁਣ ਅਸੀਂ ਕਰਾ ਲਿਆ ਚੀਜ਼ ਸੈਂਡਵਿਚ ਤੇ ਉਹਦੇ ਚਾਰ ਪੀਸ ਹੋ ਜਾਣਗੇ ਤੇ ਇਦੋਂ ਬਾਅਦ ਚੋਂ ਖਾਂਦੇ ਹਾਂ ਵੀਹ ਮਿੰਟਾਂ ਤੱਕ ਆਰਡਰ ਆਉਂਦਾ ਤੇ ਲੋਕੇਸ਼ਨ ਬਾਹਲੀ ਬੰਬ ਬਣੀ ਹੋਈ ਹੈਗੀ ਇਹ ਮੈਂ ਕਿੱਦਾਂ ਫੀਲ ਹੋ ਰਿਹਾ ਮੁੰਡਿਓ ਹੈਨਾ ਇਹ ਮੁੰਡੇ ਥੋੜ੍ਹੇ ਸਕਦੇ ਵੱਧ ਨੇ ਗੇ ਬਲੌਗ ਕਰਕੇ ਊਂ ਤਾਂ ਗੱਲਾਂ ਬਾੜੀਆਂ ਮਾਰੀਆਂ ਨੇ ਬੈਠੇ ਇਹ ਪਰ ਕੀ ਕਰੀਏ ਹੁੰਦਾ ਹੀ ਹੈਗਾ ਕਿ ਨਹੀਂ ਫਾਈਨਲੀ ਸਾਡਾ ਸਮਾਨ ਹੋ ਕੇ ਰੈਡੀ ਆ ਗਿਆ ਪੇਣ ਸੈਂਡਵਿਚ ਤੇ ਇਸ ਨੂੰ ਈਟ ਕਰਕੇ ਦੱਸਦੇ ਹਾਂ ਵੀ ਇਹ ਕਿੱਦਾਂ ਦਾ ਟੇਸਟ ਹੈ ਕਿਉਂਕਿ ਅਸੀਂ ਪਹਿਲੀ ਵਾਰ ਵਿਜਿਟ ਕੀਤਾ ਦਾ ਵਿੰਟੇਜ ਦੇ ਉਹਦੇ ਅਸੀਂ ਨਹਾ ਕੇ ਤਾਂ ਬਾਗੇ ਤੀ ਪਰ ਖਾਧਾ ਨਹੀਂ ਹੈ ਕੁਛ ਤੇ ਇਦੋਂ ਬਾਅਦ 'ਚ ਤੁਹਾਨੂੰ ਦਿਖਾਉਂਦੇ ਹੈਗੇ ਵੀ ਆਹ ਕਿਉਂਕਿ ਲਾਸਟ ਲੋਕੇਸ਼ਨ ਸੀਗੀ ਤੇ ਜੇ ਸਾਡੀ ਵੀਡੀਓ ਪਸੰਦ ਆ ਗਈ ਤੁਹਾਨੂੰ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਆਪਣਾ ਚੈਨਲ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਵੀਡੀਓ ਕਿਹੋ ਜਿਹੀ ਲੱਗੀ ਆਹ ਮੁੰਡੇ ਦੀ ਆਈਡੀ ਲਵੀ ਧਨੌਲਾ ਤੇ ਇਹਦੀ ਮੈਂਸ਼ਨ ਕੀਤੀ ਆ ਕਿ ਮੇਰੀ ਹੈਗੀ ਟਰਬਨੇਟ ਗੁਲਸ਼ਰਨ ਇੰਸਟਾਗ੍ਰਾਮ ਤੇ ਫੋਲੋ ਕਰ ਲੈ ਜਾ ਕੇ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਜ਼ਰੂਰ ਕੀਤਾ।